ਮੌਨਿੰਗ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 2 ਦਸੰਬਰ 2023 ਦਿਨ ਸ਼ਨੀਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਸੈਟਰਡੇ ਕਹਿੰਦੇ ਹਾਂ S A T U R D A Y ਸੈਟਰਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਪੰਛੀ ਸਾਡੇ ਪਿਆਰੇ ਮਿੱਤਰ ਹਨ ਪਿਆਰੇ ਬੱਚਿਓ ਪੰਛੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਹਨ ਪਿਆਰੇ ਬੱਚਿਓ ਪੰਛੀ ਬਹੁਤ ਹੀ ਨਾਜ਼ੁਕ ਬਹੁਤ ਹੀ ਪਿਆਰੇ ਬਹੁਤ ਹੀ ਮਨਮੋਹਕ ਅਤੇ ਬਹੁਤ ਹੀ ਖੁਸ਼ਦਿਲ ਹੁੰਦੇ ਹਨ प्यारे बच्चों सानू पंछियां ਨਾਲ ਪਿਆਰ ਕਰਨਾ ਚਾਹੀਦਾ ਹੈ ਬੱਚਿਓ ਪੰਛੀ ਸਾਨੂੰ ਖੁਸ਼ੀ ਦਿੰਦੇ ਹਨ ਪੰਛੀ ਸਾਡੇ ਉਦਾਸ ਮਨ ਨੂੰ ਖੁਸ਼ ਕਰਦੇ ਹਨ ਬੱਚਿਓ ਜੇਕਰ ਅਸੀਂ ਪੰਛੀਆਂ ਨਾਲ ਸਮਾਂ ਬਿਤਾਵਾਂਗੇ ਤਾਂ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਸਾਡਾ ਮਨੋਰੰਜਨ ਹੁੰਦਾ ਹੈ ਬੱਚਿਓ ਪੰਛੀ ਸਾਡੇ ਕੋ ਹਮੇਸ਼ਾ ਕੁਝ ਨਾ ਕੁਝ ਖਾਣ ਦੇ ਲਈ ਆਸ ਕਰਦੇ ਹਨ ਬੱਚਿਓ ਜੇਕਰ ਅਸੀਂ ਇਹਨਾਂ ਨੂੰ ਖਾਣ ਦੇ ਲਈ ਕੁਝ ਦਵਾਂਗੇ ਇਹਨਾਂ ਦੀ ਕੇਅਰ ਕਰਾਂਗੇ ਤਾਂ ਇਹ ਸਾਡੇ ਨਾਲ ਪਿਆਰ ਪਾ ਲੈਂਦੇ ਹਨ ਅਤੇ ਸਾਨੂੰ ਆਪਣਾ ਸਮਾਂ ਦਿੰਦੇ ਹਨ ਸੋ ਬੱਚਿਓ ਪੰਛੀਆਂ ਨੂੰ ਬਹੁਤ ਸਾਰਾ ਪਿਆਰ ਦੇਣਾ ਚਾਹੀਦਾ ਹੈ ਇਹਨਾਂ ਦੇ ਸਾਥ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਜੋ ਸੋ ਸਾਨੂੰ ਇਹਨਾਂ ਨੂੰ ਬਾਤ ਤੋਂ ਬਾਤ ਸਮਾਂ ਦੇਣਾ ਚਾਹੀਦਾ ਹੈ ਆਪ ਕਰਦੇ ਹਾਂ ਗਿਆਨ ਵਿਗਿਆਨ ਪੰਜਾਬ ਦੇ ਲੋਕਾਂ ਦੀ ਮੁੱਖ ਖੇਡ ਕਿਹੜੀ ਹੈ ਪਿਆਰੇ ਬੱਚਿਓ ਪੰਜਾਬ ਦੇ ਲੋਕਾਂ ਦੀ ਮੁੱਖ ਖੇਡ ਕਬੱਡੀ ਹੈ ਸਾਡੇ ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ ਬੱਚਿਓ ਸਾਡੇ ਸੂਰਜ ਮੰਡਲ ਵਿੱਚ 8 ਗ੍ਰਹਿ ਹਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਬੱਚਿਓ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਤੰਬਾਕੂ ਖਾਣ ਨਾਲ ਕਿਹੜਾ ਰੋਗ ਹੁੰਦਾ ਹੈ ਬੱਚਿਓ ਤੰਬਾਕੂ ਖਾਣ ਦੇ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ ਇੱਕ برگ ਦੀਆਂ ਕਿੰਨੀਆਂ ਪੁਜਾਵਾਂ ਹੁੰਦੀਆਂ ਹਨ ਬੱਚਿਓ ਇੱਕ ਵਰਗ ਦੀਆਂ ਚਾਰ ਪੁਝਾਮਾ ਹੁੰਦੀਆਂ ਹਨ ਆਉ ਬੁਝੀਏ ਚਾ ਅੱਜ ਦੀ 부ਜਾਰਤ ਬਾਹਰੋਂ ਆਏ ਦੋ ਮਲੰਚ ਹਰੀਆਂ ਟੋਪੀਆਂ ਕਾਲੇ ਰੰਗ ਪਿਆਰੇ ਬੱਚਿਓ ਜੋ ਅੱਜ ਦੀ 부ਜਾਰਤ ਹੈ ਉਸ ਦਾ ਉੱਤਰ ਹੈ ਬੈਂਗਨ ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਰਸਟ ਵਰਡ ਇਜ਼ ਅਵੇਲ A V A I L ਅਵੇਲ ਅਵੇਲ ਮੀਨ ਲਾਭ ਉਠਾਉਣਾ ਕੁਇਲ Q U A I L Q U A I L ਬੱਚਿਓ ਆਪਾਂ ਬਟੇਰੇ ਨੂੰ ਕਹਿੰਦੇ ਹਾਂ ਮੇਲ M A I L ਮੇਲ ਮੇਲ ਬੱਚਿਓ ਆਪਾਂ ਕਹਿੰਦੇ ਆ ਡਾਕ ਜਾਂ ਚਿੱਠੀ ਪੱਤਰ ਨੂੰ ਡਿਟੇਲ D E T A I L ਡਿਟੇਲ ਡਿਟੇਲ ਮੀਨ ਵਿਸਤਾਰ ਨਾਲ ਜਾਂ ਪੂਰਨ ਤੌਰ ਤੇ ਜਾਣਕਾਰੀ स्नेल एस एन ए आई एल स्नेल स्नेल बच्चों आपा कहंदे हां कोगे नु प्यारे बच्चों एसी ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਤੁਸੀਂ ਅੱਜ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ थैंक यू बेटा जी